ਪੁੱਤ ਦੇ ਕਹਿਣ ਤੇ ਪਿਓ ਨੇ ਬਜ਼ੁਰਗ ਦੇ ਮਾਰੀਆਂ ਤਾੜ ਤਾੜ ਗੋਲੀਆਂ। ਪੋਤੀ ਦਾ ਟਾਕੀ ਚ ਹੱਥ ਦੇਣ ਤੋਂ ਬਾਅਦ ਬਜ਼ੁਰਗ ਹੋਇਆ ਸੀ ਗੁੱਸੇ। ਸਮਝਾਉਣ ਦੀ ਜਗ੍ਹਾ ਪਿਓ ਨੇ ਪੁੱਤ ਸਾਹਮਣੇ ਹੀ ਮਾਰਤਾ ਬਜ਼ੁਰਗ। ਤਾਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਪਿਓ ਨੇ ਆਪਣੇ ਪੁੱਤ ਨੂੰ ਗਲਤੀ ਤੇ ਸਮਝਾਉਣਾ ਤਾਂ ਕੀ ਸੀ, ਸਗੋਂ ਉਸਨੂੰ ਸਮਝਾਉਣ ਵਾਲੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਤਾਂ ਪੂਰਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ, ਜਿੱਥੇ ਪਿਓ ਪੁੱਤ ਨੇ ਘਰ 'ਚ ਵੜ ਕੇ ਬਜ਼ੁਰਗ ਦਾ ਗੋਲੀਆਂ ਮਾਰ ਕੇ ਕਤਲ ਕੀਤਾ। ਮਿਲੀ ਜਾਣਕਾਰੀ ਅਨੁਸਾਰ ਮੁੰਡੇ ਨੇ ਸਕੂਲ ਵੈਨ ਦੀ ਟਾਕੀ 'ਚ ਬਜ਼ੁਰਗ ਦੀ ਪੋਤੀ ਦਾ ਹੱਥ ਦੇ ਦਿੱਤਾ ਸੀ, ਜਿਸ ਤੋਂ ਗੁੱਸੇ ਹੋ ਕੇ ਬਜ਼ੁਰਗ ਨੇ ਇਸ ਨੌਜਵਾਨ ਨੂੰ ਝੜਕਾਂ ਦਿੱਤੀਆਂ। ਤਾਂ ਇਹ ਨੌਜਵਾਨ ਘਰ ਜਾ ਕੇ ਆਪਣੇ ਪਿਓ ਨੂੰ ਇਹ ਸਾਰੀ ਗੱਲਬਾਤ ਦੱਸਦਾ। ਤਾਂ ਪਿਓ ਦਾ ਫਰਜ਼ ਬਣਦਾ ਸੀ ਕਿ ਆਪਣੇ ਪੁੱਤ ਨੂੰ ਉਸਦੀ ਗਲਤੀ 'ਤੇ ਸਮਝਾਵੇ, ਪਰ ਇਸ ਦੀ ਬਜਾਏ ਉਹ ਆਪਣੇ ਪੁੱਤ ਨੂੰ ਨਾਲ ਲੈ ਕੇ ਇਸ ਬਜ਼ੁਰਗ ਦੇ ਘਰ ਪਹੁੰਚ ਜਾਂਦਾ, ਜਿੱਥੇ ਇਹਨਾਂ ਦੇ ਵੱਲੋਂ ਗੋਲੀਆਂ ਮਾਰ ਕੇ ਇਸਦਾ ਕਤਲ ਕੀਤਾ ਗਿਆ ਅਤੇ ਫਿਰ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਉਹਨਾਂ ਦੇ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਪੁੱਤ ਲਈ ਇਹ ਪਿਓ ਕਾਤਲ ਬਣ ਗਿਆ, ਕਿਉਂਕਿ ਇਸ ਬਜ਼ੁਰਗ ਨੇ ਇਸ ਨੌਜਵਾਨ ਨੂੰ ਝਿੜਕਾਂ ਦਿੱਤੀਆਂ ਸੀ। ਤਾਂ ਇਸ ਦੇ ਵੱਲੋਂ ਸ਼ਰਾਰਤ ਕੀਤੀ ਗਈ ਸੀ, ਜਿੱਥੇ ਇੱਕ ਸਕੂਲ ਵੈਨ ਦੀ ਟਾਕੀ ਦੇ ਵਿੱਚ ਇਸ ਬਜ਼ੁਰਗ ਦੀ ਪੋਤੀ ਦਾ ਹੱਥ ਦੇ ਦਿੱਤਾ ਸੀ, ਜਿਸ ਨੂੰ ਵੇਖ ਕੇ ਬਜ਼ੁਰਗ ਗੁੱਸੇ ਹੁੰਦਾ ਹੈ ਅਤੇ ਇਸ ਨੌਜਵਾਨ ਨੂੰ ਝਿੜਕਾਂ ਦਿੰਦਾ। ਅਤੇ ਨੌਜਵਾਨ ਫਿਰ ਘਰ ਆ ਕੇ ਆਪਣੇ ਪਿਓ ਨੂੰ ਇਹ ਸਾਰੀ ਗੱਲ ਦੱਸਦਾ। ਤਾਂ ਪਿਓ ਉਸਨੂੰ ਸਮਝਾਉਣ ਦੀ ਜਗ੍ਹਾ ਇਸ ਬਜ਼ੁਰਗ ਦੇ ਘਰ ਪਹੁੰਚਦਾ ਹੈ ਅਤੇ ਆਪਣੇ ਪੁੱਤ ਸਾਹਮਣੇ ਹੀ ਉਸਦਾ ਗੋਲੀਆਂ ਮਾਰ ਕੇ ਕਤਲ ਕਰ ਦਿੰਦਾ। ਆਏ ਨੇ ਅਤੇ ਮੈਂ ਉਹਨਾਂ ਨੇ ਆਖਿਆ ਮੰਜੀ ਡਾਹ ਕੇ ਦਿੱਤੀ, ਕੁਰਸੀਆਂ ਡਾਹ ਕੇ ਦਿੱਤੀਆਂ, ਮੈਂ ਕਿਹਾ ਪਾਣੀ ਲਿਆਈਏ, ਅਤੇ ਆਉਂਦੇ ਨਹੀਂ। ਉਹ ਮੁੰਡਾ ਆਉਂਦਾ, ਪਾਪਾ ਉਹ ਵੱਡਾ ਮੱਝ ਚੋਣ ਡਿਆ, ਮੱਝ ਚੋਣ ਡਿਆ, ਮੈਂ ਇੱਥੇ ਖਲੋਤੀ, ਮੈਨੂੰ ਆਉਂਦੇ ਆਉਂਦੇ ਦੁੱਧ, ਮੈਂ ਦੁੱਧ ਰੱਖਣ ਚਲ ਗਈ ਹਾਂ। ਉਹਨਾਂ ਕੋਲ ਸੁਣੀ ਗਿਹੜੀ ਨੇ, ਉਹਨਾਂ ਪੰਜ ਚਾਰ ਗੋਲੀਆਂ ਮਾਰਤੀਆਂ, ਦੂਜਿਆਂ ਬੰਦਿਆਂ ਕੋਲ ਵੀ ਹਥਿਆਰ ਹੈਗੇ ਜਿਹੜੇ ਖਲੋਤੇ ਮੁੰਡੇ, ਪੰਜ ਛੇ, ਇਹ ਸੱਤ ਜਣੇ, ਛੇ ਸੱਤ ਜਣੇ। ਇਹ ਮਸਲਾ ਕੋਈ ਗੁੱਡੀ ਦੀਆਂ ਉਂਗਲਾਂ ਹੀ ਇਹਨਾਂ ਫੇਰ ਦਿੱਤੀਆਂ, ਉਂਗਲੀ ਦਾ ਫੇਰ ਦਿਆਂ, ਗੁੱਡੀਆਂ ਰੋਂਦੀ ਆਈ ਉੱਤਰ ਕੇ, ਆਂਦੀ ਮੰਮਾ ਮੇਰੀਆਂ ਉਂਗਲਾਂ ਫੇਰ ਤੀਆਂ ਵਾ। ਇਹ ਆਂਦੇ ਚੱਲ ਉਹਨੂੰ ਮੈਂ ਪੁੱਛਦਾ ਵਾ ਮੁੰਡੇ ਨੂੰ ਵੀ ਤੂੰ ਕਿਉਂ ਉਂਗਲ, ਆਂਦੇ ਅੱਜ ਤਾਂ ਇੰਨੀ ਕੁ ਹਰਕਤ ਹੋਈ ਆ, ਬੱਚੀਆਂ ਕੱਲ੍ਹ ਨੂੰ ਹੋਰ ਕੋਈ ਹਰਕਤ ਕਰਨਗੇ ਤੁਸੀਂ ਸਿਆਣੇ ਜੇ। ਬੱਚੇ ਦੀ ਉਮਰ ਕਿੰਨੀ ਕੁ ਸਮੇਂ ਤੋਂ ਜਿਹੜਾ ਨਾਲ ਆਇਆ? ਇਹ ਮੁੰਡੇ ਜਿੱਡਾ ਸੀ ਆ ਜਿਹੜਾ। ਬਿਟੀਆ ਕਿੰਨੀ ਉਮਰ ਦੀ ਹੈ? ਬਿਟੀਆ ਤੇ ਅੱਜ 9 ਸਾਲ ਦੀ ਆ। ਮਾਮਲਾ ਕੀ ਹੈ? ਬਸ ਉਹ ਅੰਦਰ ਆਏ ਆ, ਆਣ ਕੇ ਉਹਨਾਂ ਨੇ ਹਵਾਈ ਫਾਇਰ ਕੀਤੀ ਆ, ਇੱਕ ਕੋ ਰਿਵਾਲਵਰ ਸੀਗਾ, ਉਹਨੇ ਸਾਡੀ ਗੱਲ ਹੀ ਨਹੀਂ ਸੁਣੀ, ਉਹਨੇ ਬਸ ਸਿੱਧਾ ਹੀ ਡੈਡੀ ਨੂੰ ਏਦਾਂ ਮੋਢੇ ਤੋਂ ਫੜ ਕੇ ਸਿੱਧਾ ਗੋਲੀਆਂ ਹੀ ਠੋਕਣੀਆਂ ਸ਼ੁਰੂ ਕਰ ਦਿੱਤੀਆਂ, ਸਾਰੇ ਜਾਣੇ ਅੰਦਰ ਹੀ ਆਏ। ਮਤਲਬ ਲੜਾਈ ਕੋਈ ਨਹੀਂ ਸੀ, ਬੱਚੇ ਗੱਡੀ 'ਚ ਲੜੇ ਆ ਤੇ ਉਹਦੇ ਤੋਂ ਡੈਡੀ ਨੇ ਉਹਨਾਂ ਨੂੰ ਦੋ ਚਪੇੜਾਂ ਮਾਰੀਆਂ ਮੁੰਡਿਆਂ ਨੂੰ, ਵੀ ਤੁਸੀਂ ਕਿਉਂ ਗੱਡੀ 'ਚ ਲੜੇ ਹੋ, ਕਿਉਂ ਤੁਸੀਂ ਮੇਰੇ ਬੱਚੇ ਦੇ ਉੱਤੇ ਡੇਕ ਕੇ ਮੇਰੇ ਬੱਚੇ ਦੇ ਹੱਥ 'ਤੇ ਸੱਟ ਲਾਈ ਹੈ, ਬਸ ਇਹੋ ਗੱਲ ਕਹੀ ਆ। ਅਤੇ ਉਹ ਆਪਣੇ ਮਤਲਬ ਉਹਨੇ ਆਪਣੇ ਘਰ ਜਾ ਕੇ ਦੱਸਿਆ ਅਤੇ ਉਹ ਆਏ ਰਾਤ ਨੂੰ 6:30 ਵਜੇ। ਹਾਂਜੀ ਹਾਂਜੀ, ਅਸੀਂ ਤਾਂ ਕਹਿੰਦੇ ਕਿ ਬਹਿ ਕੇ ਗੱਲ ਕਰ ਸਕਦੇ ਸੀ, ਉਹ ਸਕੂਲ ਆਉਂਦੇ, ਉਹ ਸਕੂਲ ਗੱਲ ਕਰਦੇ, ਸਾਡੇ ਘਰ ਵੀ ਨਾ ਆਉਂਦੇ, ਆਣ ਕੇ ਸਕੂਲ ਗੱਲ ਕਰਦੇ। ਹਾਂਜੀ, ਤੇ ਉਹਨਾਂ ਨੇ ਸਾਡੀ ਕੋਈ ਸੁਣੀ ਨਹੀਂ।
ਬਸ ਸਿੱਧੇ ਸਾਡੇ ਡੈਡੀ ਤੇ ਉਹਨਾਂ ਨੇ ਅਟੈਕ ਕੀਤਾ, ਸਿੱਧੇ ਸਾਡੇ ਡੈਡੀ ਨੂੰ ਗੋਲੀਆਂ ਹੀ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਹਾਂਜੀ ਹਾਂਜੀ, ਬਸ ਪਿੱਛੋਂ ਧਾਰ ਕੇ ਹੀ ਆਏ, ਉਹ ਸਾਰਾ ਕੁਛ ਫੁੱਲ ਕਰਕੇ ਆਏ। ਹਾਂਜੀ ਹਾਂਜੀ, ਸਮਝਾਣਾ ਹੀ ਮਹਿੰਗਾ ਪੈ ਗਿਆ। ਆ ਸਾਡੇ ਪਿਓ ਦੀ ਜਾਨ ਚਲ ਗਈ, ਆ ਸਾਡੇ ਪਿਓ ਨੂੰ ਲੈ ਗਏ, ਸਾਨੂੰ ਮਹਿੰਗਾ ਪੈ ਗਿਆ। ਬੱਚੀ ਤਾਂ ਛੋਟੀ ਜੀ ਆ, ਜੇ 9 ਸਾਲ ਦੀ ਆ।